ਸੋ ਇਹ ਸਨ ਕੁਛ ਪੰਜਾਬੀ ਦੇ ਸ਼ਬਦ ਜੋ ਠੇਠ ਪੰਜਾਬੀ ਜਿਹਨੂੰ ਬੋਲ ਦਿੰਦੇ ਆ ਕਿ ਬੋਲੀ ਜਾਂਦੀ ਹੈ ਤੇ ਕਈ ਵਾਰੀ ਸਾਨੂੰ ਕੋਈ ਪੁੱਛ ਲੈਂਦਾ ਕਿ ਇੰਗਲਿਸ਼ ਵਿੱਚ ਇਹਨਾਂ ਨੂੰ ਕਿਵੇਂ ਬੋਲਣਾ ਤੇ ਤੁਸੀਂ ਇਹਨਾਂ ਨੂੰ ਦੱਸ ਸਕਦੇ ਜੀ ਲੇਕਿਨ ਸਾਡੇ ਤੇ ਸਿਰਫ ਅਸੀਂ ਇਹ ਸ਼ਬਦ ਹੀ ਸਿੱਖੇ ਹਨ ਮੀਨਸ ਵਰਡ ਹੀ ਸਿੱਖੇ ਨੇ ਇਹਨਾਂ ਨੂੰ ਤੁਸੀਂ ਯੂਜ ਕਿਵੇਂ ਕਰਨਾ ਹੁੰਦਾ ਇੰਗਲਿਸ਼ ਲੈਂਗੁਏਜ ਵਿੱਚ ਉਹ ਅਸੀਂ ਨੈਕਸਟ ਵੀਡੀਓ ਵਿੱਚ ਸਿੱਖਦੇ ਜਾਵਾਂਗੇ ਨਾਲ ਦੀ ਨਾਲ ਤੇ ਤਦ ਤੱਕ ਤੁਸੀਂ ਇੱਦਾਂ ਕਰਨਾ ਕਿ ਅਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਹੈ ਜੋ ਪਿਛਲੀ ਵੀਡੀਓਜ਼ ਨੇ ਉਹ ਵੀ ਤੁਸੀਂ ਮਤਲਬ ਭੁੱਲਣੀਆਂ ਨਹੀਂ ਹੈ ਤੁਸੀਂ ਕਰਨਾ ਹੈ ਉਹਨਾਂ ਨੂੰ ਲਿਖ ਸਕਦੇ ਜੇ ਨੋਟਬੁੱਕ ਦੇ ਉੱਪਰ ਜਾਂ ਫਿਰ ਵੀਡੀਓ ਖੋਲ ਕੇ ਸਿਰ ਤੋਂ ਦੇਖ ਸਕਦੇ ਜੇ ਤੇ ਚੰਗੀ ਤਰ੍ਹਾਂ ਉਦੋਂ ਤੱਕ ਤੁਸੀਂ ਪ੍ਰੈਕਟਿਸ ਕਰ ਲਓ ਫਿਰ ਤੋਂ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਟਿਲ ਦੈਨ ਬਾਏ।